ਸਰ ਸਨਤ ਮੈਂ ਹੁਣ ਆਖਰੀ ਸ਼ਬਦ ਪੜ੍ਹਾਂਗਾ ਆਪ ਸਾਰਿਆਂ ਦੀ ਖੁਸ਼ੀਆਂ ਦੇ ਵਾਸਤੇ ਹਰ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤੋ ਬਹੁਤ ਖੁਸ਼ੀ ਦਾ ਮੁਕਾਮ ਹੈ ਕਿਉਂਕਿ ਮੇਰਾ ਛੋਟਾ ਭਰਾ ਤਬਲੇ 'ਤੇ ਹੁੰਦਾ ਸੀ ਭਾਈ ਜੋਗਿੰਦਰ ਸਿੰਘ ਜੋਗੀ ਜੋ ਕਿ ਅੱਜ ਕੱਲ੍ਹ ਇੰਗਲੈਂਡ ਵਿੱਚ ਸੰਗਤਾਂ ਦੀ ਸੇਵਾ ਉਹ ਕਰ ਰਿਹਾ ਹੈ ਤਬਲੇ 'ਤੇ ਹੁੰਦਾ ਸੀ ਮੇਰੀ ਛੋਟੀ ਭੈਣ ਸੰਤੋਸ਼ ਕੌਰ ਉਹ ਸਾਹਿਬ ਬਾਜੀ 'ਤੇ ਹੁੰਦੀ ਸੀ ਪਿਤਾ ਜੀ ਵੀ ਗਾਇਕ ਗਾਇਕ ਆਉਂਦੇ ਸਨ ਕੀਰਤਨ ਕਰਦੇ ਸਨ ਆਪ ਸਾਰਿਆਂ ਦਾ ਜੋ ਦਿੱਤਾ ਹੋਇਆ ਪਿਆਰ ਹੈ ਅੱਜ ਤੋਂ 26 ਸਾਲ ਪਹਿਲਾਂ ਉਹ ਮੈਂ ਕਦੇ ਭੁੱਲ ਨਹੀਂ ਸਕਦਾ ਇਸ ਵਾਸਤੇ ਅੱਜ ਆਪ ਜੀ ਦੀ ਅਸੀਸ ਲੈਣ ਲਈ ਮੈਂ ਹਾਜ਼ਰ ਹੋਇਆ ਹਾਂ ਔਰ ਆਪ ਜੀ ਦੇ ਚਰਨ ਪ੍ਰਸੰਦਾ ਮੌਕਾ ਮੈਨੂੰ ਮਿਲਿਆ ਹੈ ਤਾਂ ਬਹੁਤ ਹੀ ਖੁਸ਼ੀ ਹੋ ਰਹੀ ਹੈ ਮੇਰੇ ਛੋਟੇ ਵੀਰ ਭਾਈ ਜੋਗਿੰਦਰ ਸਿੰਘ ਜੋਗੀ ਦੀ ਵੀ ਆਪਣੇ ਪਰਿਵਾਰ ਕਰਨੀ ਉਹਨਾਂ ਦਾ ਵੀ ਪਿਆਰ ਪ੍ਰਵਾਨ ਕਰਨਾ ਉੱਥੇ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਵੇਦਾਂਤੀ ਸਾਹਿਬ ਮੁਸਕਿਨ ਸਾਹਿਬ ਇਹ ਸਾਰੇ ਆਉਂਦੇ ਰਹੇ ਹਨ ਉਹਨਾਂ ਦੀ ਸੇਵਾ ਦੇ ਵਿੱਚ ਅਸੀਂ ਦੋਵੇਂ ਭਰਾ ਸਾਰੇ ਕੌਮ ਦੇ ਵੱਡੇ ਵੱਡੇ ਰਾਗੀ ਉੱਥੇ ਆਉਂਦੇ ਰਹਿੰਦੇ ਹਨ ਜੋ ਸਾਡੇ ਗ੍ਰਹਿ ਵਿਖੇ ਵੀ ਆਉਂਦੇ ਹਨ ਤੋ ਉਹਨਾਂ ਦੀ ਅਸੀਂ ਸੇਵਾ ਤਨ ਮਨ ਧਨ ਨਾਲ ਉੱਥੇ ਕਰਦੇ ਰਹਿੰਦੇ ਹਾਂ ਔਰ ਆਪ ਜੀ ਦੀ ਵੀ ਸ਼ੋਭਾ ਕਰਦੇ ਰਹਿੰਦੇ ਹਾਂ ਤੋ ਸਤਿ ਸ੍ਰੀ ਅਕਾਲ ਇਹ ਬੂਟਾ ਜਿਹੜਾ ਲਾਇਆ ਹੋਇਆ ਹੈ ਸਾਡਾ ਦੋਵੇਂ ਭਰਾਵਾਂ ਦਾ ਇੰਗਲੈਂਡ ਦੇ ਵਿੱਚ ਇਹ ਆਪ ਜੀ ਦੀ ਜੈਪੁਰ ਤੋਂ ਬੂਟਾ ਇੱਥੋਂ ਭੇਜ ਕੇ ਇੰਗਲੈਂਡ ਵਿੱਚ ਲਾਇਆ ਹੈ ਜੋ ਇਸ ਵੇਲੇ ਪ੍ਰਫੁੱਲਿਤ ਹੈ ਸਾਡਾ ਤੇ ਟੀਵੀ 'ਤੇ ਰੋਜ਼ ਪ੍ਰੋਗਰਾਮ ਹੁੰਦਾ ਹੈ ਐਵਰੀ ਡੇ ਔਰ ਹਰ ਗੁਰਪੁਰਬ 'ਤੇ ਆਉਂਦਾ ਹੈ ਸਰਵਾਈਜ਼ ਟੈਲੀਵਿਜ਼ਨ ਪੈਟਰੋਲ ਟੈਲੀਵਿਜ਼ਨ ਡੀਐਮ ਡਿਜੀਟਲ ਜ਼ੀ ਟੀਵੀ 'ਤੇ ਵੀ 25-26 ਸ਼ਬਦਾਂ ਨੇ ਰਿਕਾਰਡ ਕੀਤੇ ਹਨ ਫੋਰ ਯੂ ਇਨ ਦ ਨਿਊ ਈਅਰ ਆਈ ਪ੍ਰੇ ਟੂ ਲਾਰਡ ਮਾਸਟਰ ਫੋਰ ਯੂਰ ਹੈਲਥ ਵੈਲਥ ਐਂਡ ਪ੍ਰੋਸਪਰਿਟੀ ਐਸ ਵੈਲ ਸੋ ਆਈ ਐਮ ਵੈਰੀ ਫੋਰਚੂਨੇਟ ਟੂ ਹੈਵ ਇਨ ਯੂਰ ਕੰਪਨੀ ਐਂਡ ਆਈ ਐਮ ਸਿਟਿੰਗ ਨੀਅਰ ਦ ਗੁਰੂ ਸਾਹਿਬ ਸੋ ਟੂਡੇ ਇਜ਼ ਵੈਰੀ ਆਸਪੀਸ਼ੀਅਸ ਡੇ ਦ ਜਨਵਰੀ ਆਫ ਦ ਫਸਟ 2010 ਸੋ ਅਗੇਨ ਆਈ ਕੰਗ੍ਰੈਚੁਲੇਟ ਯੂ ਆਈ ਹਾਰਡਲੀ ਕੰਗ੍ਰੈਚੁਲੇਟ ਯੂ ਟੂ ਯੂ ਆਲ ਔਨ ਦਿਸ ਨਿਊ ਈਅਰ ਡੇ ਤੋ ਸਤਿ ਸ੍ਰੀ ਅਕਾਲ ਇੱਕ ਵਾਰੀ ਮੈਂ ਨਦਰ ਕਰੇ ਨਦਰ